ਚੈਸਟ ਵਰਕਆਊਟ ਕਰਨ ਦੇ ਲਈ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨੂੰ ਪੁਸ਼ਅਪ ਲਾਉਣ ਦੀ ਲੋੜ ਹੁੰਦੀ ਆ। ਤਾਂ ਇਹ ਪ੍ਰੋਪਰ ਫੋਰਮ ਦੇ ਵਿੱਚ ਤੁਹਾਨੂੰ ਮੈਂ ਪੁਸ਼ਅਪ ਲਾ ਕੇ ਦਿਖਾ ਰਿਹਾ। ਚੈਸਟ ਵਾਲੇ ਪੁਸ਼ਅਪ ਹੈ। ਤਾਂ ਸਭ ਤੋਂ ਪਹਿਲਾਂ ਵਾਰਮ ਅਪ ਚੰਗੀ ਤਰ੍ਹਾਂ ਕਰ ਲੈਣਾ ਚੈਸਟ ਵਰਕਆਊਟ ਲਾਉਣ ਦੇ ਲਈ। ਅਤੇ ਇਹ ਆਪਣੀ ਪਹਿਲੀ ਐਕਸਰਸਾਈਜ਼ ਹੈ। ਬਾਰਬਲ, ਬੈਂਚ ਪ੍ਰੈਸ, ਤਾਂ ਇਹਦੇ ਤੁਸੀਂ 10 ਸੈੱਟ ਲਾਉਣੇ ਆ, 15, 12, 10 ਜਾਂ 12, 10, 8 ਵੀ ਲਾ ਸਕਦੇ ਹੋ। ਤਾਂ ਇਹ ਤੁਸੀਂ ਸਭ ਤੋਂ ਪਹਿਲਾਂ ਘੱਟ ਵੇਟ ਪਾਉਣਾ, ਫਿਰ ਰਾਡ 'ਚ ਇੱਦੋਂ ਬਾਅਦ ਦੂਜੇ ਸੈੱਟ ਲਾਉਣ ਵੇਲੇ ਉਦੋਂ ਵੱਧ, ਉਦੋਂ ਤੀਜੇ ਸੈੱਟ ਵੇਲੇ ਉਦੋਂ ਵੱਧ ਪਾਉਣਾ। ਤਾਂ ਇਸ ਤਰ੍ਹਾਂ ਤੁਸੀਂ ਇਹ ਐਕਸਰਸਾਈਜ਼ ਕੰਪਲੀਟ ਕਰੋਗੇ 3 ਸੈੱਟ ਲਾ ਕੇ। ਇਸ ਤੋਂ ਬਾਅਦ ਤੁਹਾਨੂੰ ਮੈਂ ਡੰਬਲ ਪ੍ਰੈਸ, ਇਨਕਲਾਈਨ ਬੈਂਚ ਪ੍ਰੈਸ 'ਤੇ ਲਾ ਕੇ ਦਿਖਾਊਂਗਾ। ਤਾਂ ਆਪਣੀ ਸੈਕਿੰਡ ਐਕਸਰਸਾਈਜ਼ ਆ ਬਾਰਬਲ, ਡੰਬਲ ਇਨਕਲਾਈਨ ਬੈਂਚ ਪ੍ਰੈਸ। ਇਹ ਅਪਰ ਬੋਡੀ 'ਤੇ ਵਰਕ ਕਰਦੀ ਐਕਸਰਸਾਈਜ਼ ਆ। ਇਹਦੇ ਵਿੱਚ ਤੁਸੀਂ 3 ਸੈੱਟ ਲਾਉਣੇ ਆ, 15, 12, 10। ਅਤੇ ਹੁਣ ਤੁਹਾਨੂੰ ਮੈਂ ਡਿਕਲਾਈਨ ਬੈਂਚ ਪ੍ਰੈਸ ਐਕਸਰਸਾਈਜ਼ ਲਾ ਕੇ ਦਿਖਾਊਂਗਾ, ਜੋ ਕਿ ਆਪਾਂ ਡੰਬਲ ਨਾਲ ਵੀ ਕਰ ਸਕਦੇ ਹਾਂ ਅਤੇ ਬਾਰਬਲ ਨਾਲ ਵੀ। ਤਾਂ ਮੈਂ ਤੁਹਾਨੂੰ ਬਾਰਬਲ ਨਾਲ ਲਾ ਕੇ ਦਿਖਾ ਰਿਹਾ। ਇਹਦੇ ਵਿੱਚ ਤੁਸੀਂ 3 ਸੈੱਟ ਲਾਉਣੇ ਆ, 15, 12, 10। ਅਤੇ ਇਹ ਆਪਣੀ ਹੈਗੀ ਆ ਚੌਥੀ ਐਕਸਰਸਾਈਜ਼, ਫਲਾਈ ਮਸ਼ੀਨ। ਇਹ ਆਪਣੀ ਚੈਸਟ ਨੂੰ ਬਹੁਤ ਬੈਨੀਫਿਟ ਕਰਦੀ ਆ। ਇਹਦੇ ਵਿੱਚ ਤੁਸੀਂ 3 ਸੈੱਟ ਲਾਉਣੇ ਆ। ਤਾਂ ਇਸ ਤਰ੍ਹਾਂ ਆਪਣੀ ਚੌਥੀ ਐਕਸਰਸਾਈਜ਼ ਕੰਪਲੀਟ ਹੋ ਗਈ। ਤਾਂ ਹੁਣ ਮੈਂ ਤੁਹਾਨੂੰ ਪੰਜਵੀਂ ਐਕਸਰਸਾਈਜ਼ ਲਾ ਕੇ ਦਿਖਾਊਂਗਾ। ਡਬਲ ਡੰਬਲ ਫਰੰਟ ਰੇਜ਼। ਫਰੰਟ ਰੇਜ਼ ਸ਼ੋਲਡਰ ਵੀ ਐਕਸਰਸਾਈਜ਼ ਹੁੰਦੀ ਆ। ਅਤੇ ਇਹ ਹੈਗੀ ਆ ਚੈਸਟ ਲਈ। ਹੁਣ ਆਪਣੀ ਛੇਵੀਂ ਐਕਸਰਸਾਈਜ਼ ਹੈ ਡੰਬਲ, ਡੰਬਲ ਬੈਂਚ ਸਿੰਗਲ। ਸਿੰਗਲ ਡੰਬਲ ਨਾਲ ਤੁਸੀਂ ਇਹ ਐਕਸਰਸਾਈਜ਼ ਕਰ ਸਕਦੇ ਹੋ, ਜਿਹੜੀ ਕਿ ਚੈਸਟ ਨੂੰ ਫੁਲਾ ਦਿੰਦੀ ਹੈ।